ਹਾਂਜੀ ਸਵਾਗਤ ਹੈ ਤੁਹਾਡਾ ਖਤਰਾ ਐਲਐਸਆਈ ਦੇ YouTube ਚੈਨਲ ਤੇ ਜਿੱਥੇ ਤੁਸੀਂ ਬਹੁਤ ਕੁਝ ਪੰਜਾਬੀ ਦੇ ਵਿੱਚ ਸਿੱਖ ਸਕਦੇ ਹੋ ਅੱਜ ਦੀ ਵੀਡੀਓ ਜੀ ਮੌਸਮ ਬਾਰੇ ਜਿਵੇਂ ਕਿ ਤੁਹਾਨੂੰ ਪਤਾ ਬਾਢੀ ਦਾ ਜਿਹੜਾ ਸੀਜ਼ਨ ਚੱਲ ਰਿਹਾ ਹੈ ਕਣਕ ਦੀ ਬਾਢੀ ਦਾ ਤੇ ਕਣਕਾਂ ਲਗਭਗ ਬਹੁਤ ਹੱਦ ਤੱਕ ਵੱਡੀਆਂ ਜਾ ਚੁੱਕੀਆਂ ਪਰ ਬਾਰਿਸ਼ ਪਿਛਲੇ ਦਿਨੀ ਵੀ 5-6 ਦਿਨ ਪਹਿਲਾਂ ਬਾਰਿਸ਼ ਹੋਈ ਜਿਸ ਨਾਲ ਕੰਮ ਰੁਕ ਗਿਆ ਤੇ ਹੁਣ ਫੇਰ ਬਾਰਿਸ਼ ਹੈ ਜਿਹੜੀ ਪੂਰੇ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਹਿੱਸੇ 'ਚ ਪੈ ਰਹੀ ਹੈ 23 ਤੋਂ ਲੈ ਕੇ 25 April ਤੱਕ ਇਹ بارش ਜਿਹੜੀ ਜਾਰੀ रह ਸਕਦੀ ਜੀ ਕਿਤੇ ਕਣਮਣਕਾਣੀ 23 ਤੋਂ ਕਣਮਣਕਾਣੀ ਨਾਲ ਸ਼ੁਰੂਆਤ ਹੋਣੀ ਹੈ ਜੀ ਥੋੜੀ ਬਹੁਤ ਕਿਤੇ ਕੁਝ ਜਗ੍ਹਾ ਤੇ ਜਿਹੜੀ بارش ਹੈ ਵੱਧ ਹੋ ਸਕਦੀ ਹੈ ਦਰਮਿਆਨੀ ਹੋ ਸਕਦੀ ਹੈ ਨਹੀਂ ਤਾਂ ਪੂਰੇ ਪੰਜਾਬ ਦੇ ਵਿੱਚ ਹਲਕੀ بارش ਦੀ ਸੰਭਾਵਨਾ ਬੱਦਲ ਗਈ ਹੈ ਜਿਹੜੀ 25 ਤੱਕ ਬਣੀ ਰਹੂਗੀ ਤੇ 26 ਤੋਂ ਜਿਹੜਾ ਮੌਸਮ ਆ ਸਾਫ਼ ਹੋਣਾ ਸ਼ੁਰੂ ਹੋ ਜਾਊਗਾ ਤੇ ਉਸ ਤੋਂ ਬਾਅਦ ਥੋੜੀ ਗਰਮੀ ਵਧੂਗੀ April ਦੇ ਆਖਰੀ ਦੋ ਤਿੰਨ ਦਿਨਾਂ 'ਚ ਗਰਮੀ ਹੈ ਜਿਹੜੀ ਪਤਣੀ ਸ਼ੁਰੂ ਹੋ ਜੂਗੀ ਹਾਲਾਂਕਿ ਬਹੁਤ ਜ਼ਿਆਦਾ ਗਰਮੀ ਨਹੀਂ ਪਰ ਵੀ ਜਿੰਨੀ ਕੁ ਗਰਮੀ ਆਹ ਦਿਨਾਂ ਚ ਹੁੰਦੀ ਉਹ ਗਰਮੀ ਹਾਲੇ ਹੈ ਨਹੀਂਗੀ ਤੇ ਉਹ ਗਰਮੀ 27 28 ਅਪ੍ਰੈਲ ਤੋਂ ਹੋ ਜੂਗੀ ਤੇ ਅੱਗੇ ਵੀ ਮੌਸਮ ਦੀ ਕੋਈ ਵੀ ਜਾਣਕਾਰੀ ਹੋਈ ਅਸੀਂ ਵੀਡੀਓ ਤੁਹਾਡੇ ਲਈ ਜਰੂਰ ਲੈ ਕੇ ਆਵਾਂਗੇ ਤੇ ਕਣਕਾਂ ਜਿੰਨਾਂ ਦੀਆਂ ਵੀ ਰਹਿ ਗਈਆਂ ਕਿਸਾਨ ਵੀ ਰੱਡ ਰਹੇ ਨੇ ਤੇ ਵਾਢੀ ਲਗਭਗ ਹੋ ਹੋ ਜੇ ਚੰਗੀ ਤਰ੍ਹਾਂ ਤਾਂ ਵਧੀਆ ਗੱਲ ਹੈ ਕਿ ਮੌਸਮ ਸਾਫ਼ ਰਹੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ